हेलो डियर स्टूडेंट्स वेलकम टू माय चैनल एजुकेशन सिंपलीफाइड बाय ओसीडीसी दिस इज विनोद कुमार गर्ग सो ਇਹ ਵੀਡੀਓ ਹੈ ਉਹਨਾਂ ਸਟੂਡੈਂਟਸ ਦੇ ਲਈ ਜੋ ਬੇਸ ਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ ਟੈਕਨੀਕਲ ਅਸਿਸਟੈਂਟ ਪੋਸਟ ਦੇ ਲਈ ਨਤੀਜਿਆਂ ਦਾ ਜੋ ਕਿ ਪ੍ਰੀਖਿਆ ਲਗੀ ਸੀ 22 ਅਗਸਤ 2021 ਨੂੰ ਪੀਟ੍ਰੀਪਲ ਐਸਬੀ ਬੋਰਡ ਦੁਆਰਾ ਸੋ ਇਸ ਦਾ ਜੋ ਨਤੀਜਾ ਹੈ ਮੈਰਿਟ ਹੈ ਉਹਨਾਂ ਅਧਾਰਤ ਪਾ ਦਿੱਤੀ ਗਈ ਹੈ ਤੇ ਕਾਉਂਸਲਿੰਗ ਦੇ ਲਈ ਕੈਂਡੀਡੇਟਸ ਨੂੰ ਬੁਲਾਇਆ ਗਿਆ ਹੈ ਸੋ ਜੋ ਵੀ ਕਾਉਂਸਲਿੰਗ ਦੀ ਡੇਟਸ ਹੈ ਉਹ ਆਪਾਂ ਜਾਣਦੇ ਹਾਂ ਇਸ ਵੀਡੀਓ ਦੇ ਵਿੱਚ ਤਾਂ ਕਾਉਂਸਲਿੰਗ ਦੇ ਲਈ ਬੇਸਿਕਲੀ 20 ਤਰੀਕ ਨੂੰ ਬਲੈਕਿਆ ਹੈ ਓਕੇ ਤਾਂ ਅਧੀਨ ਸਬਾਵਾ ਚੋਣ ਬੋਰਡ ਪੰਜਾਬ ਵੱਲੋਂ ਇਸ਼ਤਿਹਾਰ ਨੰਬਰ 6/2021 ਅਧੀਨ ਤਕਨੀਕੀ ਸਹਾਇਕਾਂ ਦੀਆਂ 120 ਅਸਾਮੀਆਂ ਦੀ ਭਰਤੀ ਲਈ 27 4 2021 ਨੂੰ ਵੱਖ-ਵੱਖ ਅਖਬਾਰਾਂ ਵਿੱਚ ਪ੍ਰਕਾਸ਼ਿਤ ਇਸ਼ਤਿਹਾਰ ਰਾਹੀਂ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ ਤੇ ਇਸ ਦੀ ਜਿਹੜੀ ਪ੍ਰੀਖਿਆ ਉਹ 22 8 2021 ਨੂੰ ਲਈ ਗਈ ਸੀ ਠੀਕ ਹੈ ਤਾਂ 40% ਅੰਕ ਜਿਹੜੇ ਹੈ ਕਿਸੇ ਨੂੰ ਉਹਨਾਂ ਨੂੰ ਪ੍ਰਾਪਤ ਕਰਨ ਵਾਲਿਆਂ ਨੂੰ ਪਾਸ ਮੰਨਿਆ ਗਿਆ ਹੈ ਤਾਂ ਹਰ ਇੱਕ ਵਰਗ ਵਿੱਚ ਅਸਾਮੀਆਂ ਦੀ ਗਿਣਤੀ ਅਤੇ ਉਮੀਦਵਾਰਾਂ ਵੱਲੋਂ ਪ੍ਰਾਪਤ ਅੰਕ ਮੈਰਿਟ ਅਨੁਸਾਰ ਪ੍ਰਾਪਤ ਅੰਕਾਂ ਦੇ ਆਧਾਰ ਤੇ ਉਮੀਦਵਾਰਾਂ ਨੂੰ ਕਾਉਂਸਲਿੰਗ ਦੇ ਲਈ ਬੁਲਾਇਆ ਗਿਆ ਹੈ ਸੋ ਇਹ ਜੋ ਮਿਤੀ ਹੈ ਕਾਉਂਸਲਿੰਗ ਦੀ ਉਹ ਹੈ 29 ਜਰਨੈਕੀ 20 ਸਤੰਬਰ 2021 ਤੇ 21 ਸਤੰਬਰ 2021 ਦੋ ਦਿਨ ਇਹ ਕਾਉਂਸਲਿੰਗ ਹੋਣੀ ਹੈ ਸੈਕਟਰ 68 ਮੋਹੱਲੀ ਵਿਕੇ ਠੀਕ ਹੈ ਸੋ ਇਸ ਤੋਂ ਇਲਾਵਾ ਜੋ ਕਿੰਨਾ-ਕਿੰਨਾ ਬੱਚਾ ਨੇ ਮਤਲਬ ਕਾਉਂਸਲਿੰਗ ਤੇ ਲਈ ਜਾਣਾ ਹੈਗਾ ਜਾਂ ਕਿਹਨਾਂ ਨੂੰ ਬੁਲਾਇਆ ਹੈ ਉਹ ਹੈ ਜਨਰਲ ਕੈਟਾਗਰੀ ਦੇ ਬੱਚੇ ਜਿਨ੍ਹਾਂ ਦੇ ਜਿਹੜੇ ਅੰਕ ਨੇ 48.50 ਜਾਂ ਇਸ ਤੋਂ ਜ਼ਿਆਦਾ ਨੇ ਤੇ EWS ਅ ਸੈਕਸ਼ਨ ਦੇ ਵਿੱਚ ਜੋ ਹੈ 45.75 ਜਾਂ ਇਸ ਤੋਂ ਜ਼ਿਆਦਾ ਤਾਂ ਇਹਨਾਂ ਦੀ ਜੋ ਕਾਉਂਸਲਿੰਗ ਉਹ ਵੀ 9 ਨੂੰ ਹੈ ਸਵੇਰੇ 10:00 ਵਜੇ ਤੋਂ SC ਵਰਗ ਦੇ ਜੋ ਕਾਉਂਸਲਿੰਗ ਹੈ ਉਹ ਹੈ ਜਿਨ੍ਹਾਂ ਦੇ ਅੰਕ 40 ਜਾਂ ਇਸ ਤੋਂ ਵੱਧ ਹਨ ਓਕੇ ਇਸੇ ਤਰ੍ਹਾਂ SC ਆਰੋ ਜੋ ਕੈਟਾਗਰੀ ਹੈ ਉਹਨਾਂ ਦੇ ਹੈਗੇ ਨੇ 46.25 ਬੀਸੀ ਦੀ 48.75 ਅਤੇ ਇਸ ਤੋਂ ਜ਼ਿਆਦਾ ਸਾਬਕਾ ਫੌਜੀ ਇਹ ਹੈਗਾ 40.75 ਅਤੇ ਇਸ ਤੋਂ ਜ਼ਿਆਦਾ ਸਾਬਕਾ ਫੌਜੀ 42.75 ਇੱਕ ਉੱਪਰ ਜਰਨਲ ਸੀਗਾ ਤੇ ਇਹ ਸਾਬਕਾ ਫੌਜੀ ਐਸਸੀ ਹੈ ਠੀਕ ਹੈ ਇਸ ਤੋਂ ਇਲਾਵਾ ਸਾਬਕਾ ਫੌਜੀ ਬੀਸੀ 40 ਜਾਂ ਇਸ ਤੋਂ ਵੱਧ ਖਿਡਾਰੀ ਜਨਰਲ ਹੈਗੇ 43.25 ਤੇ ਜੋ ਫਿਜ਼ਿਕਲੀ ਹੈਂਡੀਕੈਪ ਨੇ ਉਹਨਾਂ ਦੀ 42.25 ਤੇ ਇਸ ਤੋਂ ਇਲਾਵਾ ਫਰੀडम फाइਟਰ 41.50 ਜਾਂ ਇਸ ਤੋਂ ਬਾਅਦ ਠੀਕ ਹੈ ਤਾਂ ਪਹਿਲੇ ਦੋ ਕੈਟਾਗਰੀਜ਼ ਦੀ ਜਿਹੜੀ ਕਾਉਂਸਲਿੰਗ ਹੋ ਉਹ 20 ਤਰੀਕ ਨੂੰ ਉਸ ਤੋਂ ਬਾਅਦ ਸਾਰੀ ਕੈਟਾਗਰੀ ਦੀ ਜਿਹੜੀ ਕਾਉਂਸਲਿੰਗ ਹੋ 21 ਸਪਟੰਬਰ 2021 ਨੂੰ ਸਵੇਰੇ 10 ਵਜੇ ਤੋਂ ਹੋਣੀ ਹੈ ਸੋ ਕਿਹੜੇ ਕਿਹੜੇ ਡਾਕੂਮੈਂਟਸ ਲੈ ਕੇ ਜਾਣੇ ਹਨ ਤੇ ਉਹਦੇ ਬਾਰੇ ਜਿਹੜਾ ਇਸ ਵੀਡੀਓ ਵਿੱਚ ਤੁਹਾਨੂੰ ਸ਼ੇਅਰ ਕੀਤਾ ਜਾ ਰਿਹਾ ਹੈ ਠੀਕ ਹੈ ਜੋ ਇਸ ਪੀਡੀਐਫ ਦੇ ਵਿੱਚ ਅਵੇਲੇਬਲ ਕੀਤਾ ਗਿਆ ਹੈ ਅੱਜ ਦੀ ਡੇਟ ਦੇ ਵਿੱਚ ਜਾਨਕਿ ਅੱਜ ਜੋ ਤਰੀਕ ਹੈ 15 ਸਪਟੈਂਬਰ 2021 ਉਹ ਹੈ ਅਪਲੋਡ ਕੀਤਾ ਹੈ ट्रिपल एसबी ਦੀ ਵੈਬਸਾਈਟ ਦੇ ਉੱਪਰ ਤੇ ਨਾਲ ਹੀ ਇਹਨਾਂ ਨੇ ਲਿਖਿਆ ਕਿ ਉਮੀਦਵਾਰ ਆਪਣੇ ਅਸਲ ਦਸਤਾਵੇਜ਼ ਜਾਨਕਿ ਜਿਹੜੇ origignal documents ਨੂੰ ਨਾਲ ਲੈ ਕੇ ਜਾਣੇ ਨੇ ਠੀਕ ਹੈ ਕਾਉਂਸਲਿੰਗ ਦੌਰਾਨ ਕੋਵਿਡ 19 ਦੇ ਜਿਹੜੇ ਨਿਜ਼ਮ ਨੇ ਉਹਨਾਂ ਦੀ ਪਾਲਣਾ ਕਰਨੀ ਹੈ ਉਪਰੋਕਤ ਤੋਂ ਇਲਾਵਾ ਜਿਹੜਾ ਸ਼ੈਡਿਊਲ ਦਿੱਤਾ ਗਿਆ ਹੈ ਅਨੁਸਾਰ ਮਿਤੀ ਸਮੇਂ ਤੇ ਜੋ ਕਾਉਂਸਲਿੰਗ ਦੇ ਵਿੱਚ ਪਹੁੰਚਣਾ ਜ਼ਰੂਰੀ ਕੀਤਾ ਗਿਆ ਹੈ ਠੀਕ ਹੈ ਤੇ ਨਾਲ ਇਹ ਵੀ ਲਿਖਿਆ ਹੈ ਕਿ ਇਸ ਡੇਟ ਤੋਂ ਇਲਾਵਾ ਹੋਰ ਕੋਈ ਡੇਟ ਜਿਹੜੀ ਹੈਗੀ ਆ ਉਹ ਨਹੀਂ ਦਿੱਤੀ ਜਾਵੇਗੀ ਸੋ ਇਸ ਡੇਟ ਉੱਪਰ ਪਹੁੰਚਣਾ ਯਕੀਨੀ ਬਣਾਇਆ ਜਾਵੇ ਤਾਂ ਕੀ ਕੀ ਆਪਾਂ ਪੇਸ਼ ਕਰਨਾ ਹੈ ਤਾਂ ਉਸ ਦੇ ਵਿੱਚ ਆਂਦਾ ਹੈਗਾ ਸਬੰਧਤ ਉਮੀਦਵਾਰ ਕਾਉਂਸਲਿੰਗ ਤੇ ਹਾਜ਼ਰ ਹੋਣ ਸਮੇਂ ਅਨਗਜ਼ਰ ਬੀ ਅਤੇ ਲੈਗਜ਼ਰ ਸੀ ਤੇ ਨੱਥੀ ਪਰਫਾਰਮਾ ਜੋ ਕਿ 사이ਟ ਤੋਂ ਉਪਲਬਧ ਹੈ ਭਰ ਕੇ ਉੱਪਰ ਤਾਜ਼ਾ ਪਾਸਪੋਰਟ ਸਾਈਜ਼ ਫੋਟੋ ਚਪਕਾ ਕੇ ਪੇਸ਼ ਕਰਨਗੇ ਠੀਕ ਹੈ ਇਸ ਤਲਾਬਾ ਆਨਲਾਈਨ ਐਪਲੀਕੇਸ਼ਨ ਫਾਰਮ ਜੋ ਸੀਗਾ ਉਹ ਨਾਲ ਲਗਾਉਣਾ ਹੈ ਜਨਮ ਮਿਤੀ 10ਵੀਂ ਪੱਧਰ ਤੇ ਪੰਜਾਬੀ ਪਾਸ ਦੇ ਸਬੂਤ ਵਜੋਂ میٹرਿਕ ਦਾ ਅਸਲੀ ਸਰਟੀਫਿਕੇਟ ਲਗਾਉਣਾ ਹੈ ਠੀਕ ਹੈ ਜੀ ਵਿਦਿਅਕ ਯੋਗਤਾ ਦੇ ਅਸਲੀ ਸਰਟੀਫਿਕੇਟ ਸਨাক্তੀ ਸਬੂਤ ਵਜੋਂ ਪੈਨ ਕਾਰਡ ਆਧਾਰ ਕਾਰਡ ਪਾਸਪੋਰਟ ਵੋਟਰ ਕਾਰਡ ਜਾਂ ਡਰਾਈਵਿੰਗ ਲਾਇਸੈਂਸ ਤੇ ਰਾਖਵਿਸ਼ ਰਹਿਰੀਆਂ ਦੇ ਲਈ ਜੋ ਹੈ ਸਬੂਤ ਆਪਣਾ ਜੋ ਵੀ ਜਾਤੀ ਸਰਟੀਫਿਕੇਟ ਹੁੰਦਾ ਹੈ ਠੀਕ ਹੈ 5 ਸਾਲ ਤੋਂ ਘੱਟ ਪੁਰਾਣਾ ਹੋਣਾ ਚਾਹੀਦਾ ਹੈ ਤੇ ਰਹਿਸ਼ੇ ਸਰਟੀਫਿਕੇਟ ਪਛੜੀਆਂ ਸ਼ਰੇਣੀਆਂ ਦੇ ਨਾਲ ਸੰਬੰਧਿਤ ਉਮੀਦਵਾਰਾਂ ਵੱਲੋਂ ਭਲਾਈ ਵਿਭਾਗ ਦਿਆਂ ਜਾਰੀ ਹਦਾਇਤਾਂ ਅਨੁਸਾਰ ਕ੍ਰੀਮੀ ਲੇਅਰ ਲਈ ਆਮਦਨ ਅਤੇ ਸੰਬੰਧਿਤ ਪੇਰਬਿਆ ਜਿਕਰ ਕਰਦੇ ਹੋਏ ਨਿਰਧਾਰਿਤ ਪਰਫਾਰਮੈਂਸ ਤੇ ਸਬੇ ਘੋਸ਼ਨਾ ਪੱਤਰ ਜੋ ਹੈ ਉਹ ਵੀ ਨਾਲ ਲਗਾਉਣਾ ਹੈ ਤਿਸ ਤੋਂ ਇਲਾਵਾ ਯੋਗਤਾ ਦੇ ਜਿਹੜੇ ਸਰਟੀਫਿਕੇਟਸ ਨੇ ਉਹਦੀਆਂ ਸੈਲਫ ਅਟੈਸਟਡ ਕਾਪੀਜ਼ ਫੋਟੋਕਾਪੀ ਜਿਹੜੀਆਂ ਹੈ ਉਹ ਵੀ ਨਾਲ ਲਗਾਉਣੀਆਂ ਹਨ ਸੋ ਇਹ ਸੀ ਇੱਕ ਮਹੱਤਵਪੂਰਨ ਜਾਣਕਾਰੀ ਜੋ ਕਿ ਅੱਜ ਹੀ ਪੀਵੀ ਟ੍ਰਿਪਲ ਐਸਪੀ ਬੋਰਡ ਦੁਆਰਾ ਵੈਬਸਾਈਟ ਉਪਰ ਉਪਲਬਧ ਕਰਵਾਈ ਗਈ ਹੈ ਸੋ ਵੀਡੀਓ ਨੂੰ ਸ਼ੇਅਰ ਕਰੋ ਜਿੰਨਾਂ ਨੇ ਵੀ ਐਗਜ਼ਾਮ ਇਹ ਦਿੱਤਾ ਸੀਗਾ ਜਿਨ੍ਹਾਂ ਦੇ ਵੀ ਕਾਉਂਸਲਿੰਗ ਦੇ ਵਿੱਚ ਨੰਬਰ ਆਇਆ ਹੈ ਤਾਂ ਕਿ ਉਹ ਆਪਣੇ ਡਾਕੂਮੈਂਟਸ ਵਗੈਰਾ ਜਿਹੜਾ ਕਿ ਉਹ ਟਾਈਮ 'ਤੇ ਪ੍ਰਪੇਅਰ ਕਰ ਸਕਣ ਸੋ ਥੈਂਕ ਯੂ ਥੈਂਕਸ ਫॉर ਵਾਚਿੰਗ